अस्सलाम वालेकुम। हमारे एक पिंड के कारी साहब, उनका बयान सुनते हैं आज, उनके पास लेके जा रहा हूँ मैं आपको अभी, तो बहुत मजा आएगा आपको। ਅੱਜ ਵੇਖੋ ਕਿੰਨੇ ਸਾਰੇ ਭਰਾ ਪਿੰਡ ਦੇ ਇਕੱਠੇ ਹੋਏ ਨੇ ਤੇ ਵੇਖਦੇ ਨੇ ਕਿ ਮੌਲਵੀ ਸਾਹਿਬ ਕੈਨੇਡਾ ਤੋਂ ਸ਼ਰੀਫ ਲੈ ਆਏ ਨੇ। ਅੱਜ ਆਪਣੇ ਆ ਸਾਰਿਆਂ ਮੁਰੀਦਾਂ ਦੇ ਸਾਹਮਣੇ, ਸਾਰਿਆਂ ਭਰਾਵਾਂ ਦੇ ਅੱਗੇ, ਸਾਰਿਆਂ ਦੋਸਤਾਂ ਦੇ ਅੱਗੇ, ਤੇ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਆਪਣੇ ਘਰ ਦੇ ਵਿੱਚ ਮੇਰਾ ਖਿਤਾਬ ਸੁਣਦੀਆਂ ਪਈਆਂ ਨੇ, ਉਹਨਾਂ ਨੂੰ ਵੀ ਦਿੱਤਾ ਜਾਂਦਾ ਹੈ। ਖਿਤਾਬ ਦੇ ਹਵਾਲੇ ਨਾਲ ਬੜੀ ਸੋਹਣੀਆਂ ਗੱਲਾਂ ਕੀਤੀਆਂ, ਤੁਸੀਂ ਵੀ ਸੋਹਣੀਆਂ ਗੱਲਾਂ ਕੀਤੀਆਂ। ਮੈਂ ਕੋਈ ਲੰਮੀਆਂ ਚੋੜੀਆਂ ਗੱਲਾਂ ਨਹੀਂ ਕਰਦਾ, ਪਰ ਮੈਂ ਦੂਜੇ ਟੈਪ ਦਾ ਮੌਲਵੀ ਤੇ ਗੱਲਾਂ ਹੋਣਗੀਆਂ ਡੋਲੈਂਸ ਦੀਆਂ ਹੋਣਗੀਆਂ, ਪੈਲ ਦੀਆਂ ਹੋਣਗੀਆਂ, ਹਾਇਰ ਦੀਆਂ ਹੋਣਗੀਆਂ, ਉਹ ਦੇਸੀ ਨਿਮਕੋ ਦੀਆਂ ਹੋਣਗੀਆਂ, ਬੇਬੀ ਟ੍ਰਿਪਲ ਸਟੋਰ ਵਾਲੇ ਦੀਆਂ ਹੋਣਗੀਆਂ, ਇਰਸ਼ਾਦ ਕਰਿਆਨੇ ਵਾਲੇ ਦੀਆਂ ਹੋਣਗੀਆਂ, ਤੇ ਲੋ ਡੋਲੈਂਸ ਦੀ ਗੱਲ ਹੋ ਗਈ। ਡੋਲੈਂਸ ਹਲੇ ਕਹਿੰਦੇ ਨੇ ਡੋਲੈਂਸ ਲਿਆ ਤੋ ਬਾਤ ਨਹੀਂ ਬਣੀ, ਡੋਲੈਂਸ ਲਿਆ ਤੋ ਬਾਤ ਮਿਲ ਕੇ ਪਾਲੋ ਤੁਹਾਡੀ ਵੀ ਮਗਫਰਤ ਹੋ ਜਾਏ। ਡੋਲੈਂਸ ਲਿਆ ਤੋ ਬਾਤ ਬਣੇ, ਡੋਲੈਂਸ ਹਲੇ ਆਪਣਾ ਪੈਗਾਮ ਦਿੰਦੇ ਨੇ ਤੇ ਨਾਲੇ ਥੱਲੇ ਆਉਂਦੇ ਨੇ। ਡੋਲੈਂਸ ਰਿਲਾਇਬਲ ਤੇ ਜਦੋਂ ਦੂਜੇ ਪੈਨਲ ਵਾਲੀ ਕੰਪਨੀ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤੇ ਪੈਨਲ ਵਾਲੇ ਕਹਿੰਦੇ ਨੇ ਅੱਜ ਵੀ ਕੱਲ ਵੀ ਪਰ ਅੱਜ ਵੀ ਕੱਲ ਲਈ ਕਾ ਬਾਤ ਨਹੀਂ ਕਿਉਂਕਿ ਡੋਲੈਂਸ ਰਿਲਾਇਬਲ ਹੈ। ਇਨਸਾਨ ਨੂੰ ਪਾਏਦਾਰ ਚੀਜ਼ ਲੈਣੀ ਚਾਹੀਦੀ ਹੈ ਕਿਉਂਕਿ ਪਹਿਲੇ ਵਾਲੇ ਕਹਿੰਦੇ ਨੇ ਅੱਜ ਵੀ ਕੱਲ ਵੀ, ਗੁਜ਼ਰਨੇ ਵਾਲੀ ਕੱਲ ਕੱਲ ਹੋ ਗਈ, ਆਨੇ ਵਾਲੀ ਕੱਲ ਆਜ ਬਣ ਗਈ, ਅੱਗੇ ਕੱਲ ਪਿੱਛੇ ਕੱਲ ਪਿੱਛੇ ਕੱਲ ਅੱਗੇ ਕੱਲ ਬੀਚ ਮੈਂ ਆਜ ਤੋਂ ਆਜ ਮਿਲ ਕੇ ਪੜ ਲਓ ਡੋਲੈਂਸ ਲਿਆ ਬਾਤ ਬਣੇ, ਮਿਲ ਕੇ ਪੜੀਏ ਡੋਲੈਂਸ ਲਿਆ ਬਾਤ ਬਣੇ। ਚੂਹੋਂ ਨੇ ਮਿਲ ਕਰ ਸੋਚਾ ਯੇ ਬਿੱਲੀ ਕੋ ਦੇਂਗੇ ਧੋਖਾ, ਯੇ ਬਿੱਲੀ ਕੋ ਬੈਂਗੇ ਬਿੱਲੀ ਕੋ ਬਾਂਧੇਂਗੇ ਘੰਟੀ ਔਰ ਖਾਏਂਗੇ ਮਿਲ ਕਰ ਡੈਂਗ ਡੋਂਗ ਅਲੋ। ਬਿੱਲੀ ਤੋਂ ਬੜੀ ਸਿਆਣੀ ਥੀ, ਚੂਹੋ ਕੀ ਸ਼ਾਮਤ ਆਣੀ ਥੀ, ਫੌਰਨ ਉਹਨੇ ਪਹਿਚਾਣ ਗਈ ਔਰ ਚੂਹੋ ਕੀ ਸਮਝੋ ਜਾਣ ਗਈ, ਫਿਰ ਬਿੱਲੀ ਨੇ ਖਾਈ ਡਿੰਗ ਡੋਂਗ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨੀ ਸ਼ੀਲਾ। ਪੁਰਾਣੇ ਦੌਰ 'ਚ ਚੰਗੇ ਗਾਣੇ ਹੁੰਦੇ ਸੀ, ਹੁਣ ਗੰਦੇ ਗਾਣੇ ਆ ਗਏ, ਮਿਲ ਕੇ ਪੜ ਲਓ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨ, ਆਈ ਐਮ ਸੈਕਸੀ ਲੇਡੀ, ਮੈਂ ਤੇਰੇ ਹੱਥ ਨਾਮੀ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨ। ਫਲਾਣੇ ਦੀ ਬੁੱਢੀ ਨੂੰ ਵੇਖੋ ਲਾਉਣ ਦੇ ਗੰਦੇ ਗੰਦੇ ਸੂਟ ਪਾਉਂਦੀ ਹੈ, ਉਹ ਫਲਾਣੇ ਯੂਨੀਵਰਸਿਟੀ 'ਚ ਤੁਸੀਂ ਕੁੜੀਆਂ ਨੂੰ ਵੇਖਦੇ ਹੋ ਗੰਦੇ ਗੰਦੇ ਕੈਪਰੀ ਪਜਾਮੇ ਪਾਉਂਦੀਆਂ ਨੇ, ਉੱਤੇ ਸਕਾਫ ਲੈਂਦੀਆਂ ਨੇ, ਬੇਸ ਲਾਉਂਦੀਆਂ ਨੇ, ਉਹਦੇ ਤੋਂ ਬਾਅਦ ਉੱਤੇ ਬਿਡੋਰਾ ਦੀ ਸੁਰਖੀ ਲਾਉਂਦੀਆਂ ਨੇ, ਤੇ ਬਾਜ਼ ਕੁੜੀਆਂ ਮਸਕਾਰੇ ਲਾਉਂਦੀਆਂ ਨੇ, ਆਈ ਲਾਈਨਰ ਲਾਉਂਦੀਆਂ ਨੇ, ਲਸ਼ਕਾਰੇ ਲਾਉਂਦੀਆਂ ਨੇ। ਇੱਕ ਮੌਲਵੀ ਸਾਹਿਬ ਨੂੰ ਮੇਰੇ ਵਰਗੇ ਨੂੰ ਕਿਸੇ ਨੇ ਪੁੱਛ ਲਿਆ, ਪਾਜੀ ਤੁਹਾਡੀ ਬੁੱਢੀ ਵੀ ਲਾਉਂਦੀ? ਕਹਿੰਦਾ ਹੁੰਦੀ ਗੱਲ ਨਾ ਕਰੋ, ਉਹਨੂੰ ਸੱਜਦਾ ਦੀਏ, ਮਿਲ ਕੇ ਪੜੋਗੇ ਸਾਰੀ ਗੂੰਜ ਪੈ ਜਾਏ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨੀ, ਸ਼ੀਲਾ ਕੀ ਜਵਾਨੀ, ਹਰ ਚੀਜ਼ ਇੱਕ ਹੱਦ ਮੇ ਅੱਛੀ ਲੱਗਤੀ ਹੈ। ਹਾਏ ਅਜ਼ੀਜ਼ਾਂ ਨੇ ਮਨ, ਤੁਸੀਂ ਵੀ ਮੇਰੀ ਗੱਲ ਸੁਣ ਲਓ, ਤੁਸੀਂ ਵੀ ਸੁਣ ਲਓ, ਲਾਲ ਟੋਪੀਆਂ ਲਿਆ, ਕਾਲੀ ਕਮੀਜ਼ ਆ ਲਿਆ, ਓਏ ਬਰਾਊਨ ਖੱਡੀ ਆ ਲਿਆ, ਓਏ ਤੂੰ ਵੀ ਸੁਣ ਲੈ, ਮੇਰੀ ਪੈਰ ਸ਼ਲਵਾਰ ਕਮੀਜ਼ ਆ ਲਿਆ, ਹਰ ਚੀਜ਼ ਇੱਕ ਹੱਦ ਮੇ ਅੱਛੀ ਲੱਗਤੀ ਹੈ, ਔਰ ਇੱਕ ਮੇਰੀ ਸ਼ੀਲਾ ਸਭ ਕੋ ਬੇਹੱਦ ਅੱਛੀ ਲੱਗਤੀ ਹੈ। ਸ਼ੀਲਾ, ਸ਼ੀਲਾ ਕੀ ਜਮਾਨ। ਅਭੀ ਪਿਛਲੇ ਦਿਨੋਂ ਆਪਨੇ ਦੇਖਾ ਪੈਟਰੋਲ ਕਾ ਬਹਾਨ ਸ਼ੁਰੂ ਹੋ ਗਿਆ ਤਾਂ ਜ਼ਰਾ ਪੈਟਰੋਲ ਨਾ ਮਿਲਾ, ਬੂੰਦਾ ਜ਼ਰੂਰ ਨਾ ਮਿਲਾ, ਇਤਨਾ ਸਾ ਵੀ ਪੈਟਰੋਲ ਨਾ ਮਿਲਾ, ਪੈਟਰੋਲ ਨਾ ਹੋ ਗਿਆ, ਰਿਸ਼ਤਾ ਹੋ ਗਿਆ, ਮਿਲ ਹੀ ਨਹੀਂ ਰਹਾ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਮਾਨੀ, ਸ਼ੀਲਾ ਕੀ ਜਮਾਨੀ, ਹੋ ਹੋ।